ਭਾਜਪਾ ਜਨਤਾ ਪਾਰਟੀ ਵਿਦੇਸ਼ੀ ਆਗੂਆਂ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਸਮੇਤ VOTING ਪ੍ਰਕਿਰਿਆ ਦਿਖਾਵੇਗੀ। ਤਕਰੀਬਨ 25 ਦੇਸ਼ਾਂ ਦੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਪੇਜਿਆ ਗਿਆ ਹੈ। ਭਾਜਪਾ ਦੀ ਹਵਾਲੇ ਨਾਲ ਕਿਹਾ ਗਿਆ ਹੈ ਕਿ 13 ਵਿਦੇਸ਼ੀ ਪਾਰਟੀਆਂ ਨੇ ਇਸ ਸਬੰਧੀ ਆਪਣੀ ਮੰਜ਼ੂਰੀ ਵੀ ਦੇ ਦਿੱਤੀ ਹੈ। ਇਹ ਵਿਦੇਸ਼ੀ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ ਦੀ ਕੈਂਪੇਨ ਦਿਖਾਈ ਜਾਵੇਗੀ। ਭਾਜਪਾ ਦੇ ਉੱਗੇ ਆਗੂਆਂ ਦੀਆਂ ਰੈਲੀਆਂ ਨੂੰ ਵੀ ਵਿਦੇਸ਼ੀ ਡੈਲੀਗੇਟਾਂ ਨੂੰ ਦਿਖਾਉਣ ਦੀ ਯੋਜਨਾ ਹੈ। ਜਿਨ੍ਹਾਂ 25 ਦੇਸ਼ਾਂ ਦੇ ਵਿਦੇਸ਼ੀ ਆਗੂਆਂ ਨੂੰ ਚੋਣਾਂ ਲਈ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਯੂਰੋਪੀਅਨ ਦੇਸ਼, ਇਜ਼ਰਾਈਲ, ਸ਼੍ਰੀ ਕਈ ਦੇ ਸ਼ਾਮਲੇ ਅਮਰੀਕਾ ਬਰਤਾਨੀਆ ਯੂਰੋਪੀਅਨ ਦੇਸ਼ਾਂ ਤੇ ਨੇਪਾਲ ਸਮੇਤ तकरीबन 2 ਦਰਜਨ ਸਿਆਸੀ ਪਾਰਟੀਆਂ ਨੂੰ ਭਾਰਤ ਆ ਕੇ ਲੋਕ ਸਭਾ ਚੋਣਾਂ ਦੇਖਣ ਦਾ ਸੱਦਾ ਦਿੱਤਾ ਗਿਆ ਈ ਬਰਤਾਨੀਆ ਕਨਜ਼ਰਵੇਟਿਵ ਅਤੇ ਲੇਬਰ ਪਾਰਟੀ ਜਰਮਨੀ ਕ੍ਰਿਸਚੀਅਨ ਡੈਮੋਕ੍ਰੇਟਸ ਅਮਰੀਕਾ ਦੀ ਰਿਪਬਲਿਕਨ ਅਤੇ ਡੈਮੋਕ੍ਰੇਟਸ ਵਰਗੀਆਂ ਪਾਰਟੀਆਂ ਨੂੰ ਭਾਰਤ ਦੇ ਲੋਕਤੰਤਰੀ ਦਾ ਉਤਸਵ ਦੇਖਣ ਲਈ ਸੱਦਾ ਦਿੱਤਾ ਗਿਆ